ਅਕਾਲ ਦੋਸਤੋ, ਅਤੇ ਅੱਜ ਜਿਹੜੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ, ਇਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਈ ਪੰਜਾਬ ਦੇ ਉੱਤੇ ਜਿਹੜਾ ਸਕੂਲ ਦਾ ਫਰਨੀਚਰ ਦੀ ਡਿਟੇਲ ਹੈ ਉਹ ਕਿਵੇਂ ਅਪਡੇਟ ਕਰਨੀ ਹੈਗੀ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ, ਈ ਪੰਜਾਬ ਦੇ ਉੱਤੇ ਜਿਹੜਾ ਹੈ ਸਕੂਲ ਦਾ ਡਾਟਾ ਜਿਹੜਾ ਹੈ ਲਿੱਤਾ ਜਾਂਦਾ ਹੈ। ਵਿਭਾਗ ਵੱਲੋਂ ਇਹ ਡਾਟਾ ਜਿਹੜਾ ਹੈ ਇਸਤੇਮਾਲ ਕੀਤਾ ਜਾਂਦਾ ਵੱਖ ਵੱਖ ਸਕੀਮਾਂ ਵਾਸਤੇ, ਅਤੇ ਹੁਣ ਜਿਹੜੀ ਫਰਨੀਚਰ ਦੀ ਡਿਮਾਂਡ ਹੈ ਉਹ ਵੀ ਵਿਭਾਗ ਵੱਲੋਂ ਈ ਪੰਜਾਬ ਦੇ ਉੱਤੇ ਭਰੀ ਗਈ ਹੈ, ਉਹੀ ਲਈ ਜਾਵੇਗੀ। ਅਤੇ ਆਓ ਦੋਸਤੋ ਸ਼ੁਰੂ ਕਰਦੇ ਹਾਂ, ਈ ਫਰਨੀਚਰ ਦਾ ਡਾਟਾ ਕਿਵੇਂ ਅਪਡੇਟ ਕੀਤਾ ਜਾਣਾ ਈ ਪੰਜਾਬ 'ਤੇ। ਈ ਪੰਜਾਬ 'ਤੇ ਲੌਗਇਨ ਕਰਨ ਦੇ ਬਾਅਦ ਸਾਡੇ ਕੋਲ ਜਿਹੜਾ ਐਡ ਫਰਨੀਚਰ ਦੀ ਇਨਫਰਾ ਦੀ ਡਿਟੇਲ ਹੈ ਉੱਥੇ ਉੱਤੇ ਕਲਿੱਕ ਕਰਨਾ ਹੈਗਾ। ਅਸੀਂ ਕਲਿੱਕ ਕਰਦੇ ਹੀ ਸਾਰ ਹੀ ਸਾਡੇ ਕੋਲ ਇੱਕ ਪੇਜ ਓਪਨ ਹੋਏਗਾ ਜਿਹਦੇ ਵਿੱਚ ਚਾਰ ਬਟਨ ਬਣੇ ਹੋਣਗੇ। ਹਰੇਕ ਬਟਨ ਦਾ ਜਿਹੜਾ ਸਟੇਟਸ ਹੈ ਉਹਦੇ ਨੀਚੇ ਜਿਹੜਾ ਹੈ ਦੱਸਿਆ ਗਿਆ ਹੋਏਗਾ। ਇਹ ਸਟੇਟਸ ਜਿਹੜਾ ਹੈਗਾ ਹੈ ਅਸੀਂ ਦੇਖ ਸਕਦੇ ਹਾਂ ਕਿ ਜੇਕਰ ਅਪਰੂਵ ਹੈ ਤਾਂ ਇਹਦਾ ਮਤਲਬ ਇਹ ਹੈਗਾ ਹੈ ਕਿ ਸਾਡਾ ਜਿਹੜਾ ਡਾਟਾ ਹੈ ਉਹ ਪਹਿਲਾਂ ਤੋਂ ਹੀ ਲੌਕ ਕੀਤਾ ਗਿਆ ਹੈ। ਅਤੇ ਇਸ ਨੂੰ ਅਨਲੌਕ ਕਰਵਾਉਣ ਲਈ ਸਾਨੂੰ ਕੀ ਕਰਨਾ ਪਏਗਾ, ਅਸੀਂ ਆਪਣੇ ਜਿਹੜਾ ਬਲੋਕ ਦੇ ਕੋਆਰਡੀਨੇਟਰ ਨੇ MIS ਜਾਂ ਡਿਸਟ੍ਰਿਕਟ ਕੋਆਰਡੀਨੇਟਰ ਨੇ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਡਾਟੇ ਨੂੰ ਅਨਲੌਕ ਕਰਵਾ ਲੈਣਾ ਹੈ। ਅਤੇ ਅਨਲੌਕ ਕਰਵਾਉਣ ਦੇ ਬਾਅਦ ਹੀ ਜਿਹੜਾ ਹੈ ਅਸੀਂ ਡਾਟਾ ਜਿਹੜਾ ਹੈ ਅਪਡੇਟ ਕਰਨਾ ਹੈਗਾ ਹੈ। ਅਤੇ ਜਦੋਂ ਸਾਡਾ ਡਾਟਾ ਅਨਲੌਕ ਹੋਏਗਾ ਇੱਥੇ ਅਪਰੂਵ ਦੀ ਜਗ੍ਹਾ 'ਤੇ ਸਾਡੇ ਕੋਲ ਪੈਂਡਿੰਗ ਜਿਹੜਾ ਹੈ ਉਹ ਸ਼ੋ ਹੋਣਾ ਸ਼ੁਰੂ ਹੋ ਜਾਵੇਗਾ। ਦੋਸਤੋ ਉਸ ਜਿੱਦਾਂ ਆਪਾਂ ਫਰਨੀਚਰ ਦਾ ਡਾਟਾ ਅਪਡੇਟ ਕਰਨਾ, ਅਸੀਂ ਫਰਨੀਚਰ ਦੇ ਬਟਨ ਦੇ ਉੱਤੇ ਕਲਿੱਕ ਕਰਨਾ ਹੈਗਾ ਹੈ। ਕਲਿੱਕ ਕਰਦੇ ਸਾਰ ਹੀ ਸਾਡੇ ਕੋਲ ਇੱਕ ਵਿੰਡੋ ਓਪਨ ਹੋਏਗੀ। ਇਸ ਵਿੰਡੋ ਦੇ ਵਿੱਚ ਸਾਡੇ ਕੋਲ ਕਲਾਸ ਦੱਸੀ ਹੋਏਗੀ, ਟੋਟਲ ਸਟੂਡੈਂਟ ਦੱਸੇ ਹੋਣਗੇ ਅਤੇ ਕਿੰਨੇ ਬੱਚਿਆਂ ਕੋਲ ਬੈਂਚ ਅਵੇਲੇਬਲ ਨਹੀਂ ਨੇ ਬੈਠਣ ਲਈ, ਉਹ ਇੱਕ ਖਾਨਾ ਬਣਿਆ ਹੋਏਗਾ। ਅਸੀਂ ਇਹਦੇ ਵਿੱਚ ਕੀ ਕਰਨਾ ਹੈਗਾ ਹੈ, ਜਿੱਦਾਂ ਕਲਾਸ ਦੱਸੇ ਨੇ, ਕਲਾਸ ਦੇ ਜਿੰਨੇ ਬੱਚੇ ਨੇ ਉਹਨਾਂ ਦੇ ਸਾਹਮਣੇ ਜਿੰਨੇ ਬੱਚਿਆਂ ਕੋਲ ਬੈਠਣ ਲਈ ਬੈਂਚ ਨਹੀਂ ਹੈਗੇ ਨੇ, ਅਸੀਂ ਉਹਨਾਂ ਦੇ ਖਾਨੇ ਦੇ ਵਿੱਚ ਜਿਹੜੀ ਗਿਣਤੀ ਹੈ ਕਿ ਕਿੰਨੇ ਬੱਚਿਆਂ ਕੋਲ ਬੈਠਣ ਲਈ ਫਰਨੀਚਰ ਨਹੀਂ ਹੈ ਉਹ ਇੱਥੇ ਭਰ ਦੇਣਾ ਹੈ। ਅਗਰ ਸਾਰੇ ਬੱਚਿਆਂ ਕੋਲ ਬੈਠਣ ਲਈ ਫਰਨੀਚਰ ਹੈ ਦੈਨ ਅਸੀਂ ਇੱਥੇ ਜ਼ੀਰੋ ਭਰ ਦੇਣਾ ਹੈ ਅਤੇ ਸੇਵ ਦੇ ਬਟਨ 'ਤੇ ਕਲਿੱਕ ਕਰ ਦੇਣਾ। ਹੁਣ ਜਿਵੇਂ ਸਾਡਾ ਡਾਟਾ ਅਨਲੌਕ ਹੋਇਆ ਪਿਆ ਹੈ, ਇੱਥੇ ਸਾਡੇ ਸੇਵ ਦਾ ਬਟਨ ਜਿਹੜਾ ਹੈ ਨਹੀਂ ਆ ਰਿਹਾ ਹੈਗਾ। ਜਦੋਂ ਅਨਲੌਕ ਹੋ ਜਾਏਗਾ ਇੱਥੇ ਸੇਵ ਦਾ ਬਟਨ ਆਏਗਾ, ਸੇਵ ਦੇ ਬਟਨ 'ਤੇ ਕਲਿੱਕ ਕਰਦੇ ਹੀ ਸਾਡਾ ਜਿਹੜਾ ਫਰਨੀਚਰ ਦੀ ਡਿਟੇਲ ਹੈ ਉਹ ਅਪਡੇਟ ਹੋ ਜਾਏਗੀ ਅਤੇ ਡਿਪਾਰਟਮੈਂਟ ਨੂੰ ਸਾਰੀ ਜਾਣਕਾਰੀ ਜਿਹੜੀ ਹੈਗੀ ਹੈ ਕਿ ਕਿੰਨੇ ਬੱਚੇ ਕੋਲ ਬੈਠਣ ਲਈ ਫਰਨੀਚਰ ਨਹੀਂ ਹੈ ਉਹ ਮਿਲ ਜਾਏਗੀ ਉਹਨਾਂ ਨੂੰ। ਅਤੇ ਦੋਸਤੋ ਇਹ ਛੋਟਾ ਜਿਹਾ ਤਰੀਕਾ ਸੀ ਈ ਪੰਜਾਬ ਦੇ ਉੱਤੇ ਫਰਨੀਚਰ ਅਪਡੇਟ ਕਰਨ ਦਾ। ਮੈਨੂੰ ਉਮੀਦ ਹੈ ਤੁਹਾਨੂੰ ਇਹ ਬਣਾਈ ਗਈ ਵੀਡੀਓ ਜਿਹੜੀ ਹੈ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਇਹ ਸਾਡੀ ਵੀਡੀਓ ਜਿਹੜੀ ਹੈ ਪਸੰਦ ਆਈ ਹੈ ਤਾਂ ਆਪਣੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ ਅਤੇ ਆਪਣੇ ਦੋਸਤਾਂ ਨਾਲ ਵੀ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰਿਆਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਈ ਪੰਜਾਬ ਦੇ ਉੱਤੇ ਜਿਹੜਾ ਫਰਨੀਚਰ ਹੈ ਉਹ ਕਿਵੇਂ ਅਪਡੇਟ ਕੀਤਾ ਜਾਣਾ ਹੈ।